ਤੇ ਜਦੋਂ ਤੋਂ ਮੈਂ ਸਿੱਖਿਆ ਮਹਿਕਮੇ ਦੀ ਜ਼ਿੰਮੇਵਾਰੀ ਸਾਂਭੀ ਹੈ, ਮੇਰਾ ਪ੍ਰਾਈਮ ਫੋਕਸ ਹੈ ਕਿ ਅਸੀਂ ਪਿੰਡਾਂ ਦੇ ਸਰਕਾਰੀ ਸਕੂਲਾਂ ਵਿੱਚ ਜਿਹੜੇ ਖੇਡਾਂ ਦੇ ਪ੍ਰਬੰਧ ਹੈ ਉਹਨਾਂ ਨੂੰ ਚੰਗੇ ਤਰੀਕੇ ਨਾਲ ਕਰੀਏ ਤਾਂ ਕਿ ਬੱਚੇ ਖੇਡ ਸਕਣ, ਬੱਚੇ ਵੱਡੇ ਹੋ ਸਕਣ, ਬੱਚਿਆਂ ਦਾ ਕੰਮ ਕਰ ਸਕਣ। ਅੱਛਾ ਇੱਧਰ ਦੇਖੋ ਛੱਤਾਂ ਦਾ ਕੀ ਕੰਮ ਹੋਣ ਵਾਲਾ, ਕਿੰਨੇ ਜਿਹੜੀ ਜਿਹੜੀ ਛੱਤ ਖਰਾਬ ਹੈ ਸਾਰੀਆਂ ਬਦਲ ਦਿਓ, ਅਤੇ ਜਿੱਥੇ ਫਰਸ਼ ਪੈਣ ਵਾਲਾ ਹੈ ਇਹ ਬੇਟੀ ਨੂੰ ਨਾਲ ਲੈ ਕੇ ਜਾਣਾ ਆਪਾਂ, ਅਤੇ ਜਿੱਥੇ ਜਿੱਥੇ ਕਹੋਗੇ ਉੱਥੇ ਬਦਲ ਦੇਣਾ ਆਪਾਂ, ਠੀਕ ਹੈ।